ਸਵੇਰ ਹੋ ਗਈ, ਗੁੱਡ ਮਾਰਨਿੰਗ ਮੁੰਡੈਨ, ਤਿਆਰ ਬਰ ਤਿਆਰ ਪੂਰਾ ਚੋਬਰ ਬਣਿਆ ਹੋਇਆ ਵਾ ਕਹਿੰਦਾ। ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਅੱਜ ਸਾਡਾ ਅਗਲਾ ਦਿਨ ਚੜ ਗਿਆ ਜੀ। ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਨਵੀਆਂ ਨਵੀਆਂ ਥਾਵਾਂ, ਨਵੀਆਂ ਨਵੀਆਂ ਚੀਜ਼ਾਂ। ਬਹੁਤ ਵਧੀਆ ਮੌਸਮ ਆਇਆ, ਖੁੱਲ੍ਹਾ ਡੁੱਲਾ ਜੀ। ਤੇ ਆਪਣਾ ਜੂਸ, ਐਪਲ ਜੂਸ ਲੈ ਰਿਹਾ, ਤੁਹਾਨੂੰ ਇਹ ਪੈਗ ਲੱਗੂਗਾ, ਪਰ ਦਿਸ ਇਜ਼ ਐਪਲ ਜੂਸ, ਤੁਸੀਂ ਦੇਖ ਸਕਦੇ ਹੋ ਵਿੱਚ ਇਹਦੇ। ਤੇ ਮਨੀ ਪਿੱਛੇ ਫਿਰਦਾ ਤਾਂ ਵੱਗ ਹੀ ਬਹੁਤ, ਮਨੀ ਪਿੱਛੇ ਫਿਰਦਾ। ਤਿਆਰ ਸ਼ਿਆਰ ਹੋ ਕੇ, ਪੱਗਾਂ ਬੰਨ ਕੇ, ਗੱਭਰੂ ਐਨਕ ਰੈਡੀ। ਐਨਕ ਕਿੱਥੇ ਤੇਰੀ? ਮੇਰਾ ਸ਼ਾਟ ਖਰਾਬ ਕਰਤਾ ਯਾਰ ਤੂੰ। ਦੁਬਾਰੇ ਸ਼ਾਟ ਚੱਕਾਂਗੇ ਇੱਥੋਂ ਹੀ, ਵਿੱਚੋਂ ਹੀ ਲਾ ਲਈਏ, ਲਾ ਲਈਏ। ਤੂੰ ਐਕਟਿੰਗ ਦੇਖੀ ਤੇਰੇ ਵੀਰ ਦੀ, ਲਾ ਲਈਏ। ਤਿਆਰ ਸ਼ਿਆਰ ਹੋ ਕੇ, ਐਨਕਾਂ ਲਾ ਕੇ, ਗੱਭਰੂ ਚੱਲੇ ਨੇ ਲੇਕ ਲੂਇਸ। ਮੈਨੂੰ ਪਤਾ ਨੀਗਾ ਲੇਕ ਲੂਇਸ ਕੇ, ਲੇਕ ਲੂਇਸ ਕੇ ਲੇਕ ਲੂਇਸ। ਤੇ ਤੁਹਾਨੂੰ ਦਿਖਾਉਂਦੇ ਆ ਡਰਾਈਵ, ਕਹਿੰਦੇ ਵੀ ਸਿਰਾ, ਕਹਿੰਦੇ ਵੀ ਉੱਥੇ ਹੈ ਨਜ਼ਾਰਾ ਫੁੱਲਾ। ਇੱਥੇ ਬੈਲਟ ਲਾਉਣੀ ਬਹੁਤ ਜ਼ਰੂਰੀ ਆ, ਤਾਜ਼ੇ ਤਾਜ਼ੇ ਫੇਰ ਹੋ ਕੇ ਆਏ ਆ। ਤੇ ਚਲੋ ਕੋਈ ਚੱਕਰ ਨੀ, ਮਿਲਦੇ ਆ ਬੈਕ ਕਰਦੇ ਹੋਏ। ਤੂੰ ਹੀ ਪਾਈ ਜਾਈ ਫੋਟੋ ਫੋਟੋ ਜੀ, ਜਿਵੇਂ ਤੁਹਾਨੂੰ ਦਿਖਾ ਰਹੇ ਆ ਵੀ ਰਾਤ ਨੂੰ ਤਾਂ ਕੁਛ, ਕੱਲ ਦਿਨਾਂ ਨਹੀਂ ਸੀਗਾ, ਹੁਣ ਤੁਸੀਂ ਦਿਨੇ ਦੇਖੋ ਨਜ਼ਾਰਾ ਪੂਰਾ ਐਨ, ਬਹੁਤ ਕੈਂਡ ਵਿਊ ਆ ਇੱਥੇ ਦਾ। ਕਿ ਮਤਲਬ ਪਤਾ ਨਹੀਂ ਪੰਗਾ ਵਾ, ਪਤਾ ਨਹੀਂ ਵਧੀਆ ਚੀਜ਼ ਆ। ਜੇ ਰੋਡ ਖਾਲੀ ਹੋਵੇ, ਸਾਰਾ ਕੁਛ ਹੋਵੇ, ਤਾਂ ਤੁਸੀਂ ਜਿੰਨੇ ਦੀ ਲਿਮਿਟ ਆ ਉਹ ਤੋਂ ਵੱਧ ਨਹੀਂ ਜਾ ਸਕਦੇ ਹੈਗੇ। ਜੇ ਹੁਣ ਆਹ ਰੋਡ ਖਾਲੀ ਜੀ ਆ, ਪਰ ਇੱਥੇ 50 ਦੀ ਲਿਮਿਟ ਆ, ਤੁਸੀਂ 50 ਤੋਂ ਵੱਧ ਜਾ ਨਹੀਂ ਸਕਦੇ। ਦੇਖੋ ਵਿਊ, ਦੇਖੋ ਤੁਸੀਂ ਬਾਹਰ, ਦਿਖਾਓ ਵੀ, ਦੇਖੋ ਵਿਊ ਚੈੱਕ ਕਰੋ। ਇਹ ਇਹ ਵਲੌਗ ਨਾ ਆਪਣਾ ਵਧੀਆ ਬਣਨਾ ਵਾ, ਇਹ ਤੁਸੀਂ ਸ਼ੇਅਰ ਕਰ ਦਿਓ, ਠੀਕ ਆ ਵੀ। ਇੰਨਾ ਕੁ ਕਹਿ ਦਿਆ ਕਰੀਏ, ਗਾਲ ਗੁਲ ਕੱਢ ਦਿਆ ਕਰੀਏ, ਇੰਨੀ ਫੇਰ ਹੀ ਮਾੜਾ ਜਿਹਾ ਹੁਣ ਚੱਲੂਗਾ, ਹੁਣ ਥੋੜ੍ਹਾ ਬਹੁਤ ਅੱਜ ਕੱਲ੍ਹ। ਹਾਂ, ਥੋੜ੍ਹੀ ਜਿਹੀ ਕੰਟਰੋਵਰਸੀ ਕਰਕੇ ਥੋੜ੍ਹਾ ਬਹੁਤਾ ਕੁਛ। ਉਹ ਦੇਖੋ ਪੂਰਾ ਐਨ ਕੰਮ, ਐਨ ਜੋਰਾ ਸ਼ੋਰਾ ਦੇ ਖਿਚਾਇਆ ਹੋਇਆ ਵਾ, ਪਹਾੜ ਤੋੜ ਕੇ ਉਧਰੋਂ ਵਿੱਚ ਗੁਫਾ ਕੱਢਣੀ ਆ, ਸਿੱਧੀ ਮਨਾਲੀ ਨੂੰ ਜਾਣੀ ਆ ਉਧਰੋਂ। ਤੇ ਵਧੀਆ ਬਾਕੀ ਪੂਰਾ ਐਨ। ਦੇਖੋ ਜੀ, ਪਰ ਪਿੱਕਾ ਬੋਲੂਗਾ ਹੁਣ, ਦੇਖਿਆ। ਇਹ ਕਹਿੰਦਾ ਨਾ ਜਦੋਂ ਆਪਾਂ ਫੋਨ ਮੂਹਰੇ ਕਰ ਲੈਂਦੇ ਹਾਂ, ਕਹਿੰਦਾ ਵੀ ਤੁਸੀਂ ਰੋਡ ਵੱਲ ਝਾਕੋ, ਵੀ ਕੈਮਰਾ ਥੱਲੇ ਰੱਖੋ। ਆ ਮੈਂ ਹੁਣ ਐਂ ਕਰ ਲੈਣਾ, ਦੇਖਿਓ ਬੋਲੂਗਾ, ਵਾਚ ਦੀ ਰੋਡ। ਠੀਕ ਆ ਵੀਰੇ, ਕੁਛ ਖਾਣ ਨੂੰ ਲੱਭਦੇ ਪਏ ਯਾਰ, ਭੁੱਖ ਬਹੁਤ ਲੱਗੀ, ਕੁਛ ਵੀ ਨਹੀਂ ਹੈਗਾ ਉਰੇ ਤਾਂ ਚੱਜ ਦਾ। ਉੱਥੇ ਚੱਲੀਏ ਬਬਲ, ਉੱਥੇ ਬਬਲ ਟੀ ਆ। ਕੜੁੱਚੂ ਜਿਹਾ ਕਰਤਾ ਦਿੱਤਾ ਇਹਨਾਂ ਦਾ ਆਰਡਰ, ਪਤਾ ਨਹੀਂ ਕੀ ਹੋਊਗਾ। ਖੇ ਸਵਾ ਜਿਹਾ ਲੈ ਕੇ ਪਿੱਕੇ 'ਚ ਬਹਿ ਕੇ ਖਾਵਾਂਗੇ। ਅੰਦਰ ਤਾਂ ਠੰਡ ਬਹੁਤ ਸੀਗੀ ਅੰਦਰ,
ਪਰਲੀ ਬਾਰੀ ਆ ਮੇਰੀ ਹਨਾ ਸੋਹਣਾ ਯਾਰ ਹਨਾ ਇਹਨਾਂ ਦਾ ਗਿਆਨੀ ਦਾ ਅਚਰਾ ਫਿਲਮਾਂ 'ਚ ਦੇਖਦੇ ਹੁੰਦੇ ਨਾ ਇਹੋ ਜਿਹਾ ਨਜ਼ਾਰਾ ਹਨਾ ਕਿ ਨਹੀਂ ਕਿਹੜੀਆਂ ਗਿੱਪੀ ਗਰੇਵਾਲ ਦੀ ਫਿਲਮ ਜੀ ਸੀਗੀ ਇੱਕ ਉਹ ਬਰਫਮੈਨ ਸਨੋਮੈਨ ਉਹਦੇ 'ਚ ਸਾਲਾ ਏਦਾਂ ਦਾ ਉਹ ਆ ਸਾਹਮਣੇ ਹੋਟਲ ਉਹ ਉੱਥੇ ਲੱਗੇ ਹੋਇਆ ਸੰਤੂਹਣੀ ਹੈ ਪੱਕਾ ਫੋਨ ਮਾਰ ਉਹਨੂੰ ਉਹਨੂੰ ਕਹਿ ਰੋਟੀ ਰੋਟੀ ਖਵਾ ਯਾਰ ਇੱਥੇ ਸਾਡੇ ਟੀਮ ਦੇ ਨਾ ਮੁੰਡੇ ਕੰਮ ਕਰਦੇ ਆ ਹੋਟਲ 'ਚ ਉੱਧਰ ਹੋਟਲ ਓਨਲੀ ਫੋਰ ਗੈਸਟ ਤੂੰ ਬੈਲਟ ਕਦੋਂ ਲਾਤੀ ਪਾਰਕਿੰਗ ਲੱਭ ਰਹੇ ਹਾਂ ਜੀ ਪਾਰਕਿੰਗ ਹੀ ਨਹੀਂ ਲੱਭ ਰਹੀ ਹੈਗੀ ਘੱਟੋ ਘੱਟ 10 ਗੇੜੇ ਕੱਢ ਲਏ ਇੱਥੇ ਪਾਰਕਿੰਗ ਲੱਭ ਰਹੇ ਹਾਂ ਇੰਨੇ ਦੇਖ ਕੇ ਮੈਂ ਠੋਕੇ ਵਿਚਾਲੇ ਕਰਕੇ ਚੱਲ ਕੋਈ ਆਸੇ ਪਾਸੇ 35 ਲੱਖ ਸਪੇਸ ਸੀਗੀ ਠੰਡਾ ਰਹਿ ਤੂੰ ਠੰਡਾ ਰਹਿ ਉਹਦੀ ਤਾਂ ਪਰਲੇ ਪਾਸੇ ਵੀ ਸਪੇਸ ਆ ਪੋਤੀ ਵੀ ਲਾ ਦੇ ਬਾਹਰੋਂ ਕੋਈ ਨਹੀਂ ਕਾਲੀ ਹੈ ਕੋਈ ਆ ਲੈ ਇੱਥੇ ਲਾ ਦੀ ਲੋ ਉਹ ਤਾਂ ਲੱਗੇ ਨੇ ਇੱਥੇ ਜ਼ਰੂਰ ਲੱਗ ਜੀ ਅੱਛਾ ਅੱਛਾ ਇੱਕ ਤਾਂ ਨਾ ਗੁੱਸਾ ਵਾ ਕਰਦੇ ਤੁਸੀਂ ਆਹ ਖੁੱਲੀਆਂ ਖੁੱਲੀਆਂ ਇੱਥੇ ਠੰਡਾ ਹੋਰ ਗੱਡੀ ਆਈ ਨਹੀਂ ਸੀ ਇੱਥੇ ਬੜੇ ਆਰਾਮ ਨਾਲ ਅਸੀਂ ਆ ਗਏ ਲੇਕ ਲੂਇਸ ਕਿੰਨੀ ਕੁ ਟਰੈਕਿੰਗ ਹੋਈ ਇੱਥੇ ਉਹ ਰਹਿ ਜਾਂਦਾ ਚੱਕ ਹੀ ਲੈਣੇ ਸੀ ਦੋਸਤ ਉਰੇ ਕੀ ਹੁੰਦਾ ਵਾ ਇੱਥੇ ਬੈਠ ਥੱਲੇ ਤੇਰੀ ਫੋਟੋ ਖਿੱਚਾ ਲੜ ਜਾ ਪਹਿਲਾਂ ਮੈਂ ਭੱਜ ਗਏ ਆ ਵਾਪਸ ਭਾਈ ਸਾਡੇ ਕੋਲ ਤਾਂ ਲੀੜੇ ਹੈ ਨਹੀਂ ਕੱਪੜੇ ਕੁਪੜੇ ਕੁਛ ਵੀ ਹੱਥ ਹੁੱਥ ਤਾਂ ਨਾਲੋਂ ਹੀ ਲੈ ਗਏ ਪੈਰ ਪੂਰਾ ਐਂ ਲੱਗਦਾ ਜਿਵੇਂ ਹੁਣ ਜਿਵੇਂ ਹੁੰਦੇ ਨਹੀਂ ਨਾਲ ਹੁਣ ਅਸੀਂ ਚੱਲੇ ਹਾਂ ਜੈਸਪਰ ਪਹਿਲਾਂ ਮਰੀਨ ਠੀਕ ਹੈ ਮਰੀਨਾ ਮਰੀਨ ਲੇਕ ਆ ਨਾਲ ਹੀ ਉੱਥੇ ਕੀ ਆ ਮਰੀਨਾ ਮਰੀਨ ਲੇਕ ਆ ਉਹ ਵੀ ਆਏ ਉੱਥੇ ਮਰੀਨਾ ਵਾ ਉੱਥੇ ਮਰੀਨ ਲੇਕ ਆ ਕਹਿੰਦੇ ਅਤੇ ਉਹ ਉੱਥੇ ਚੱਲੇ ਹਾਂ ਪਹਿਲਾਂ ਫਿਰ ਉਦੋਂ ਬਾਅਦ ਚੱਲਾਂਗੇ ਜੈਸਪਰ ਫਿਰ ਉਦੋਂ ਬਾਅਦ ਚੱਲਾਂਗੇ ਮਾਹੀ ਅਤੇ ਠੰਡ ਬਹੁਤ ਆ ਟੂ ਮੱਚ ਗਲਬਜ ਕਹਿੰਦੇ ਸੀਗੇ ਪਾਉਣ ਨੂੰ ਪਰ ਤੁਹਾਨੂੰ ਪਤਾ ਪੱਗਾਂ ਬੰਨ ਗਏ ਗਲਬਜ ਤੁਰਪੇ ਇੱਥੋਂ ਪਾਸ ਮਿਲਦਾ ਵਾ ਜਸਪੁਰ ਜਾਣ ਦਾ ਜਸਪੁਰ ਹੈਗਾ ਵਾ 250 ਕਿਲੋਮੀਟਰ ਆ ਮੈਨੂੰ ਫਸਾਉਣ ਲੱਗਿਆ ਸੀਗਾ ਸ਼ੁਕਰ ਆ ਮੈਂ ਦੇਖ ਲਈ ਥੈਂਕ ਯੂ ਹੈਵ ਏ ਗੁੱਡ ਡੇ ਸਾਡੇ ਤਾਂ ਬਿਸਕੁਟ ਹੋ ਗਏ ਸੀਗੇ ਗੁੱਡ ਡੇ ਫਾਈਨਲੀ ਸਾਨੂੰ ਕੁਛ ਦਿਖਿਆ ਮਾੜਾ ਮੋਟਾ ਕੁਛ ਖਾਣ ਨੂੰ ਬਹੁਤ ਹੀ ਜ਼ਿਆਦਾ ਭੁੱਖ
ਲੱਗੀ ਆ ਓਏ ਐਨ ਡਬਲਯੂ ਦਾ ਵਰਗ ਦਿਖਾਣੇ ਆ ਕਿ ਇਹਦਾ ਖਾਣਾ ਪੈਕਟੀ ਦਾ ਗੱਲ ਸੇਮ ਹੀ ਆ ਨਹੀਂ ਐਨ ਡਬਲਯੂ ਵਧੀਆ ਨਹੀਂ ਆ ਵਧੀਆ ਨਹੀਂ ਫਿਰ ਉਹ ਖਾਣੇ ਆ ਐਨ ਡਬਲਯੂ ਦਾ ਵਰਗ ਦਿਖਾਣੇ ਇੱਥੇ ਕਿਤੇ ਐਨ ਡਬਲਯੂ ਵੀ ਹੈਗਾ ਹੈ ਹੀ ਨਹੀਂ ਗਏ ਯਾਰ ਕਿੱਥੇ ਗਏ ਬੀਚ ਤਾਂ ਨਹੀਂ ਗਏ ਬਾਹਰ ਦਾ ਫੋਟ ਲੱਗੇ ਹੈ ਓਏ मेनू ए लगदा वा असीं फेर ओह कर पिछे जावांगे यार उपर दी घुमा के आ रहे हैं हुण बड़ा सोहना यार हना मैं पहला भी आया इत्थे एक बारी इत्थे आइसक्रीम बड़ी मशहूर है एक जगह दी यार तू तेनू समझ ही लगदी यार ਡਰਾਈਵ ਥਰੂ ਵੀ ਹੈਗਾ ਵਾ ਪਰ ਨਹੀਂ ਮੁੰਡਿਆਂ ਨੇ ਡਰਾਈਵ ਥਰੂ ਨਹੀਂ ਜਾਣਾ ਅਸੀਂ ਜਾਣਾ ਨਾਈਸ ਟਾਊਨ ਹੌਲੀ ਆ ਜਾ ਉੱਡਿਆ ਨਾ ਹਾਏ ਇਹਨਾਂ ਨੂੰ ਬੁਲਾਉਣਾ ਪੈਂਦਾ ਪਤਾ ਨਹੀਂ ਕਿਉਂ ਯਾਰ ਓਏ ਅੰਦਰ ਬਾਹਰ ਤਾਂ ਨਹੀਂ ਗਿਆ ਕਿਤੇ डबल तू डबल बिग मैक आ ठीक है ना चिकन आला खाने इन्हां दा चिकन आला केड़ा चिकन ओ ना ठीक है बड़ा ही होगा ਮੀਲ ਕਰਨਾ ਵਾ ਮੀਲ ਕਰ ਲਾ ਨਹੀਂ ਚੱਲ ਮੀਲ ਕਰ ਲਾ ਆਪਾਂ ਆਪਦੇ ਹਿਸਾਬ ਨਾਲ ਐਡ ਕਰਦੇ ਆ ਚੱਲ ਜੀ ਕਰ ਲਾ ਆ ਜਾਂਦੇ ਰੈਗੂਲਰ ਦੋ ਐਡ ਟੂ ਮਾਈ ਆਰਡਰ ਇਹ ਤਾਂ ਇਹਨਾਂ ਨੇ ਚਲਾਤੇ ਉਹ ਸਨੇਕਸ ਹੁਣ ਆਹਾ ਹੈ ਹਾਂ ਲਾਰਜ ਵਾਲਾ ਬਹੁਤ ਵਸ ਲਾਰਜ ਸਨੈਕਸ ਚ ਲਾਰਜ ਹੋ ਗਏ ਹਨਾ ਤੇ ਹੁਣ ਕੋਲਡ ਡਰਿੰਕਸ ਚ ਤੂੰ ਹੌਟ ਡਰਿੰਕ ਲੈਣੀ ਮੈਂ ਨਹੀਂ ਪੀਂਦਾ ਇਹ ਰਹਿ ਗਿਆ ਐਡ ਤੇ ਤੂੰ ਕੀ ਲੈਣਾ ਇੱਕ ਸੌ ਛੇ ਸੌ ਉਨੱਤੀ ਨੂੰ ਇੱਕੀ ਨੰਬਰ ਆਰਡਰ ਆ अपने भर लो जिन्नी बार मर्जी यार आ पता नहीं की है घंटा वा देखिए तेन घंटा ही घंटा ही
ਜਿੰਨੀਆਂ ਮਰਜ਼ੀ ਸੌਸਾਂ ਲੈ ਲਓ, ਜਿੰਨਾ ਮਰਜ਼ੀ ਕੱਪ ਲੈ ਲਓ, ਮੌਜਾਂ ਕਰੋ ਤੁਸੀਂ ਮੌਜਾਂ। ਜੇ ਆਪਣੇ 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 ਇੰਡੀਆ 'ਚ ਹੋਵੇ ਬ੍ਰਦਰ ਆਏ, ਜੇ ਆਪਣੇ ਇੰਡੀਆ 'ਚ ਹੋਵੇ ਨਾ ਇਹ ਬਰਗਰ ਵਾਲੀਆਂ ਲਾਈਨਾਂ 'ਚ ਘੱਟ ਲੈਣ, ਫੈਂਟੇ ਵਾਲੀਆਂ 'ਚ ਵੱਧ ਹੋਵੇ। ਮੈਂ ਕੀ ਕਹਿੰਦਾ, ਕਹਿਣਾ ਕੀ ਇਹਨਾਂ ਨੇ, ਭੋਲੇ ਨੇ ਵਿਚਾਰੇ। ਆ ਰਿਹਾ ਮੇਰਾ ਬਰਗਰ, ਖੋਲੋ ਇਹਨੂੰ, ਕਿੱਥੇ ਖੋਲਦਾ ਵਾ। ਵਧੀਆ ਖਾ ਪੀ ਕੇ ਐਨ ਪੂਰੀ ਮੌਜ ਨਾਲ ਤੁਰ ਲੱਗਿਆ ਹੁਣ ਵਾਪਸ, ਅਤੇ ਇੱਥੋਂ ਡੇਢ ਕੁ ਘੰਟਾ ਸਵਾ ਕੁ ਘੰਟਾ ਦੀ ਡਰਾਈਵ ਰਹਿ ਗਈ। ਕਿੰਨੀ ਠੰਡਾ, ਮੈਂ ਠੰਡਾ ਪੀ ਜਾਂਦਾ। ਮੈਂ ਪਹਿਲਾਂ ਹੀ ਸਟਾਰਟ ਕਰਤਾ ਸੀਗਾ ਹੀਟ, ਚੱਲ ਹੀਟ ਚਲਾ ਦੀ ਸੀਗੀ। ਕੀ ਲੱਗ ਰਿਹਾ ਯਾਰ, ਇੰਨਾ ਕਾਹਤੋਂ ਇਹ ਕਿੰਨਾ ਜਾਮ, ਜਾਮ ਬਹੁਤ ਲੱਗਿਆ। ਮਤਲਬ ਕਿ ਨਾ ਕੁਛ ਐਕਸੀਡੈਂਟ ਹੋਇਆ ਹੈਗਾ, ਉਹਦੀ ਉਹ ਖੜੀ ਆ ਯਾਰ, ਉਹਨਾਂ ਦੀ ਉਹ ਫਾਇਰ ਬ੍ਰਿਗੇਡ ਵਾਲੀ। ਆ ਜਾ ਹੁਣ ਯਾਰ, ਜਾਂ ਤਾਂ ਜੇ ਆਉਣਾ ਵਾ ਇਹਨੂੰ ਰਾਹ ਦੇ ਰਹੇ ਹਾਂ, ਪਰ ਇਹ ਬਹੁਤ ਜ਼ਿਆਦਾ ਹੱਥ ਤਮਾਰ ਮੂਰ ਕੇ ਫਿਰ ਦੱਸੂਗਾ ਵੀ ਹਾਂ ਕੰਮ ਮੁੱਕਿਆ ਜਮੀ। ਇੰਨਾ ਰਾਹ ਦੇਤਾ ਗੱਡੀ ਗੁੱਡੀ ਲੱਗੀ ਆ, ਵਾਹਵਾ ਕੁਛ ਹੋ ਗਿਆ ਯਾਰ, ਬਚਾ ਹੀ ਹੋਇਆ ਹੋਵੇ ਰੱਬ ਮਿਹਰ ਕਰੇ। ਬੈਨ ਵੱਜੀ ਆ, ਦੋ ਤਿੰਨ ਗੱਡੀਆਂ ਵੱਜੀਆਂ ਨੇ ਯਾਰ, ਟਾਟੋ ਫਿਰ ਉੱਥੇ ਫਿਰ ਮੌਜਾ ਫਿਰ ਆਏ ਹੈ ਨਾ। ਚਲੋ ਠੀਕ ਆ।